ਅਸੀਂ ਤਾਂ ਸ਼ਸਤਰ ਨਾ ਰੱਖੇ, ਸਾਡੇ ਵਾਸਤੇ ਸ਼ਸਤਰਾਂ ਦਾ ਸਮਾਂ ਨਹੀਂ। RSS ਦੇ ਸਾਰੇ ਕੈਂਪਾਂ ਦੇ ਵਿੱਚ 5-5 ਸਾਲ ਦੇ ਜਵਾਕਾਂ ਨੂੰ ਵੀ ਸੋਟੀਆਂ ਚਲਾਉਣੀਆਂ ਸਿਖਾਈਆਂ ਜਾਂਦੀਆਂ, ਉਹਨਾਂ ਦੇ ਮੰਦਰਾਂ ਦੇ ਵਿੱਚ ਵੀ ਹਥਿਆਰਾਂ ਦੇ ਡੰਪ ਫੜੇ ਜਾਂਦੇ ਆ। ਉਹਨਾਂ ਦਾ ਤਾਂ ਕੋਈ RSS ਦਾ ਬੰਦਾ ਕੋਈ ਨਹੀਂ ਕਹਿੰਦਾ ਹਥਿਆਰ ਰੱਖਣੇ ਗਲਤ ਹੈ। ਸਾਡੇ ਪ੍ਰਚਾਰਕ ਅੱਜ ਬੈਠ ਬੈਠ ਕੇ ਲੱਖਾਂ ਦੇ ਇਕੱਠ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਨੌਜਵਾਨਾਂ ਨੂੰ ਤੁਸੀਂ ਸ਼ਸਤਰ ਨਾ ਰੱਖੋ। ਕਿਉਂ ਦਿੱਲੀ ਦੇ ਵਿੱਚ ਨਹੀਂ ਰੱਖੇ ਸੀ ਸ਼ਸਤਰ? ਫਿਰ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਆਪ ਰੂੜ ਰੋੜੀ। ਸੰਤ ਜਮੈਲ ਸਿੰਘ ਕਹਿੰਦੇ ਸੀ ਤੁਸੀਂ ਸ਼ਸਤਰਧਾਰੀ ਹੋਵੋ, ਸ਼ਸਤਰਧਾਰੀ ਤੁਸੀਂ ਕਿਸੇ ਨੂੰ ਮਾਰਨ ਨਾ ਜਾਓ, ਕਿਸੇ ਤੇ ਜ਼ੁਲਮ ਨਾ ਕਰੋ, ਜਾਂ ਤੁਹਾਡੀ ਧੀ ਭੈਣ ਦੀ ਕੋਈ ਇੱਜ਼ਤ ਲੁੱਟੇ ਉਹਨੂੰ ਤਾਂ ਬਚਾ ਲਓ ਸ਼ਸਤਰ। ਇਹ ਕਨਸੈਪਟ ਰਣਜੀਤ ਸਿੰਘ ਢੱਡਰੀਆਂ ਵਾਲਾ ਇਹੀ ਲੋਕਾਂ ਨੂੰ ਕਰ ਰਿਹਾ। ਇਹਦੇ ਨਾਲ ਸਾਡਾ ਯੂਥ ਕੀ ਹੈ, ਉਹਨਾਂ ਨੂੰ ਵਾਰ ਵਾਰ ਡੀਮੋਰਲਾਈਜ਼ ਕਰਿਆ ਜਾ ਰਿਹਾ ਵੀ ਤੁਹਾਡਾ ਜਿਹੜਾ ਬਚਿੱਤਰ ਸਿੰਘ ਉਹ ਤਾਂ ਹਾਥੀ ਦੇ ਤਬਲੇ ਪਾੜ ਸਕਦਾ, ਤੁਸੀਂ ਤਾਂ ਅੰਮ੍ਰਿਤ ਵੇਲੇ ਉੱਠੇ ਨਹੀਂ ਸਕਦੇ, ਤੁਸੀਂ ਆਪਣਾ ਦਿਮਾਗ ਅਪਗ੍ਰੇਡ ਕਰੋ। ਜਿਹੜਾ ਦਿਮਾਗ ਤਾਂ ਤੁਸੀਂ ਕਹਿੰਦੇ ਆ ਦਿਮਾਗ, ਬੜੇ ਬੜੇ ਇੱਥੇ ਗ੍ਰੰਥ ਪੜ੍ਹ ਕੇ ਬੇਵਕੂਫ ਬਣ ਕੇ ਚਲੇ ਗਏ। ਮਹਾਰਾਜ ਕਹਿੰਦੇ ਆ ਭਿਖਾਰੀ ਤੇ ਜੋ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਹਰ ਮੂਰਖ ਕੋ ਪੰਡਿਤ ਕਰਵੋ, ਪੰਡਿਤ ਤੇ ਮੂਰਖਾਰੀ। ਮਹਾਰਾਜ ਕਹਿੰਦੇ ਵੀ ਬੜੇ ਬੜੇ ਵਿਦਵਾਨਾਂ ਨੂੰ ਰੱਬ ਮੂਰਖ ਬਣਾ ਦਿੰਦਾ, ਮੂਰਖਾਂ ਨੂੰ ਪੰਡਿਤ ਬਣਾ ਦਿੰਦਾ। ਵਿਗਿਆਨ ਦੇ ਨਾਲ ਨਹੀਂ ਧਰਮ ਚੱਲਦਾ, ਧਰਮ ਗੁਰੂ ਦੇ ਉੱਤੇ ਸ਼ਰਧਾ ਵਿਸ਼ਵਾਸ ਔਰ ਅਕੀਦੇ ਨਾਲ। ਸਾਡੇ ਧਰਮ ਦੇ ਵਿੱਚ ਸਾਡੇ ਬਰਾਬਰ ਸਾਡੇ ਪ੍ਰਚਾਰਕ ਸਾਡੇ ਖਿਲਾਫ਼ ਸਟੇਟਮੈਂਟਾਂ ਕਾਹਤੇ ਦੇ ਰਹੇ ਨੇ? ਅੰਮ੍ਰਿਤ ਦੇ ਖਿਲਾਫ਼ ਸਟੇਟਮੈਂਟ, ਹਰਿਮੰਦਰ ਸਾਹਿਬ ਦੇ ਖਿਲਾਫ਼ ਸਟੇਟਮੈਂਟ, ਸਰੋਵਰਾਂ ਦੇ ਖਿਲਾਫ਼ ਸਟੇਟਮੈਂਟ, ਨਿਤਨੇਮ ਉੱਠ ਕੇ ਕਰਨ ਦੇ ਖਿਲਾਫ਼ ਸਟੇਟਮੈਂਟ। ਉਹਦਾ ਕਾਰਨ ਕਿਆ? ਜੇ ਸਾਡਾ ਆਪਣਾ ਰਾਜ ਹੋਵੇ, ਫੜਕੇ ਸਾਲੇ ਨੂੰ ਸਾਹਮਣੇ ਉਹਨੇ ਜੇਲ੍ਹ 'ਚ ਸਿੱਟ ਦੀ, ਤੇਰੀ ਕਿਆ ਜ਼ਰੂਰਤ ਹੈ ਤੂੰ ਆ ਗੱਲ ਕਰ। ਅਸਲ ਦੇ ਵਿੱਚ ਜੀ ਜਿਹੜੇ ਬੀਜੇਪੀ ਹੈਗੇ, ਜਦੋਂ ਅਸੀਂ ਢੱਡਰੀਆਂ ਵਾਲੇ ਦਾ ਨਾਂ ਲਿੱਤਾ ਤੇ ਉਹ ਕਹਿੰਦੇ ਵੀ ਇਹ ਡੈਮੋਕ੍ਰੇਸੀ ਆ ਵੀ ਜੇ ਤੁਸੀਂ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਆਪਣਾ ਕੋਈ ਪੰਡਾਲ ਲਾ ਕੇ ਤੁਸੀਂ ਕਰੋ, ਤੁਸੀਂ ਤਰਕ ਨਿਧਾਨ ਲਗਾਓ। ਆਪਣੀ ਗੱਲ ਰੱਖਣੀ ਹੋਰ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਪ੍ਰਚਾਰ ਕਰਨਾ ਹੋਰ ਗੱਲ ਹੈ। ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਕੀਤੇ ਹੋਏ ਪ੍ਰਚਾਰ ਨੂੰ ਇਹ ਕਹਿੰਦਾ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਇਹ ਗਲਤ ਹੈ। ਉਹ ਗੁਰੂ ਆਪਣੀ ਗੱਲ ਰੱਖੇ, ਪਰ ਗੁਰਬਾਣੀ ਦੇ ਸਿਧਾਂਤਾਂ ਨੂੰ ਤੋੜਨ ਵਾਲੀ ਗੱਲ ਜਦੋਂ ਉਹ ਕਰਦਾ ਹੈ, ਉਹਨੂੰ ਉਹ ਆਪਣਾ ਮਤਲਬ ਏਜੰਸੀਆਂ ਦੇ ਉਹਨੂੰ ਇਸ਼ਾਰਾ ਹੈ, ਨਿਊਜ਼ੀਲੈਂਡ ਅਮਰੀਕੀ ਦਾ ਇਸ਼ਾਰਾ ਹੈ, ਉਹ ਮਤਲਬ ਗੁੰਮਰਾਹ ਕਰ ਰਿਹਾ ਵੀ ਆਪਣੀ ਗੱਲ ਰੱਖ ਰਿਹਾ, ਆਪਣੀ ਨਹੀਂ ਰੱਖ ਰਿਹਾ, ਗੁਰੂ ਦੇ ਸਿਧਾਂਤ ਤੋੜ ਰਿਹਾ। ਉਹ ਕੋਈ ਵੀ ਨਹੀਂ ਤੋੜਦਾ। ਸੰਤਾਂ ਨੇ ਕਿਸੇ ਬਿਆਨ ਦੇ ਉੱਤੇ ਰਿਐਕਟ ਬਿਆਨ ਨਹੀਂ ਦਿੱਤਾ ਸੀਗਾ, ਉਹ ਕਿਸੇ ਨੇ ਕਿਹਾ ਸੀਗਾ ਵੀ ਇਹ ਮਤਲਬ ਇੱਕ ਮੁੱਕੀ ਭਰਨੇ ਮਸਲ ਦਾਂਗੇ, ਤੇ ਸੰਤਾਂ ਨੇ ਕਿਹਾ ਭਾਈ ਅਸੀਂ ਵੀ 5000 ਵੱਧ ਦੂਗੇ। ਸ਼ਾਇਦ ਹਰਬੰਸ ਲਾਲ ਨੇ ਕਿਹਾ ਸੀ ਜਿਹੜਾ ਜੀ ਇਹਨਾਂ ਨੇ ਪਹੁੰਚਣਾ ਉੱਥੇ ਹੀ ਹੈ, ਆਖਰੀ ਗੱਲ ਤੇ ਇਹਨਾਂ ਨੇ ਜਾਣਾ ਇੱਥੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਗੱਡੀ ਤਾਂ ਮਿਲੀ ਨਹੀਂ ਹੈਗੀ, ਤਾਂ ਝੂਠ ਬੋਲਦੇ ਅਸੀਂ ਨਹੀਂ ਦੇਖਿਆ, ਇੱਥੇ ਪਹੁੰਚਣਾ ਇਹਨਾਂ ਦਾ ਮਿਸ਼ਨ ਇਹੀ ਹੈ। ਪਰ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਗੱਦੀ ਗਿਆਨ ਨੂੰ ਮਿਲੀ ਸੀ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਗ੍ਰੰਥ ਨੂੰ ਦਿੱਤੀ ਸੀ? ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਨਾਲੇ ਤਾਂ ਪਾਪਾ, ਕਿਉਂਕਿ ਮੀਡੀਆ ਤਾਂ ਇਹੀ ਪ੍ਰਚਾਰ ਦਾ ਕਿ ਸੰਤਾਂ ਨੇ ਹਥਿਆਰ ਚੁੱਕੇ ਸੀ, ਇਸ ਕਰਕੇ ਉਹਨਾਂ ਨੂੰ, ਕਿਉਂਕਿ ਹਰਿਮੰਦਰ ਸਾਹਿਬ ਦੀ ਅਕਾਲ ਤਖ਼ਤ ਦੇ ਵਿੱਚ ਰਹਿਣ ਲੱਗ ਗਈ ਸੀਗੀ, ਇੰਦਰਾ ਗਾਂਧੀ ਨੇ ਇਸ ਕਰਕੇ ਅਟੈਕ ਕੀਤਾ ਸੀਗਾ ਹਰਿਮੰਦਰ ਸਾਹਿਬ ਦੇ ਉੱਤੇ, ਉਹ ਇਸ ਚੀਜ਼ ਨੂੰ ਜਾਇਜ਼ ਮੰਨਦੇ ਆ। ਜਿਹੜੇ ਅਸੀਂ ਭੀਖ ਮੰਗਦੇ ਫਿਰਦੇ ਹਾਂ, ਸਾਡੇ ਕਰਜ਼ੇ ਮਾਫ਼ ਕਰ ਦਿਓ, ਸਾਨੂੰ ਆਟਾ ਦਾਲ ਦੇ ਦਿਓ, ਇਹ ਬੁਜ਼ਦਿਲੀ ਦੀਆਂ ਨਿਸ਼ਾਨੀਆਂ, ਭਿਖਾਰੀਆਂ ਦੇ ਨਿਸ਼ਾਨੇ ਆ। ਸਾਡੇ ਕਰਜ਼ੇ ਉਦੋਂ ਮਾਫ਼ ਹੋਣੇ ਜਦੋਂ ਸਾਡੀ ਆਪਣੀ ਕੌਮ ਦਾ ਰਾਜ ਹੋਊਗਾ। ਮਹਾਰਾਜ ਕਹਿ ਕੇ ਗਏ ਆ ਹਮ ਰਾਖਤ ਪਾਤਸ਼ਾਹੀ ਦਾਵਾ, ਰਾਜ ਬਿਨਾਂ ਨਹਿ ਹਮੇਸ਼ਾ। ਹੁਣ ਪੰਜਾਬ ਦੇ ਵਿੱਚ CM ਅਮਰਿੰਦਰ ਬਣ ਜਾਵੇ ਜਾਂ ਭਗਵੰਤ ਮਾਨ ਜਾਂ ਬਾਦਲ ਬਣ ਜਾਵੇ, ਇਹ ਬੰਦੇ ਤਾਂ ਇੱਕ ਮਤਲਬ ਇੱਕ ਚਿਹਰਾ ਨੇ। ਇਹਨਾਂ ਨੂੰ ਆਪਰੇਟ ਹਮੇਸ਼ਾ ਸਟੇਟ ਦੀਆਂ ਸ਼ਕਤੀਆਂ ਕਰਦੇ ਨੇ, ਏਜੰਸੀਆਂ ਕਰਦੀਆਂ ਨੇ, ਇਹ ਖੁਦ ਕੁਛ ਨਹੀਂ ਕਰਨ ਯੋਗੇ। ਅਮਰਿੰਦਰ ਸਿੰਘ ਨੂੰ ਬਲ ਤੇ ਫੜ ਕੇ ਜਿਵੇਂ ਏਜੰਸੀਆਂ ਚਲਾਉਂਦੇ, ਢੱਡਰੀਆਂ ਵਾਲੇ ਦਾ ਕੋਈ ਬੰਦਾ ਫਿਊਚਰ ਦੇ ਵਿੱਚ ਜਾਂ ਅੱਜ ਤੱਕ ਦਿਖਾ ਦਿਓ ਜੇ ਉਂਗਲੀ ਵੀ ਕਟਾ ਜਾਵੇ। ਜਿਹੜੇ ਬੰਦਿਆਂ ਨੇ ਰੱਬ ਤੇ ਅਕੀਦਾ ਰੱਖਿਆ, ਸੰਤ ਜਮੈਲ ਸਿੰਘ ਦੇ ਬੰਦੇ ਕੱਲ੍ਹ 72 ਘੰਟਿਆਂ ਤੱਕ, ਅੱਜ ਆਪਾਂ ਮਨਾਉਂਦੇ ਹਾਂ ਨਾ ਜਨਮ ਦਿਨ, 72 ਘੰਟਿਆਂ ਤੱਕ ਫੌਜ ਦੇ ਨੱਕ 'ਚ ਦਮ ਕਰਤਾ, ਇੱਕ ਬੰਦਾ ਲੜਿਆ ਨਾ ਲੱਖਾਂ ਦੇ ਨਾਲ, ਚਮਕੌਰ ਸਾਹਿਬ ਦੀ ਗੜੀ ਨੂੰ ਦੁਹਰਾਇਆ, ਸਾਰਾ ਗੜੀ ਨੂੰ ਦੁਹਰਾਇਆ। ਇਹਨਾਂ ਦਾ ਬੰਦਾ ਕੋਈ ਧਰਮ ਵਾਸਤੇ ਕੁਛ ਕਰਕੇ ਤਾਂ ਦੱਸੇ, ਇਟ ਮੀਨ ਹੈ ਕਿਆ? ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਉਹਨੇ ਪਾਲਤੀ, ਇਹ ਪੰਜਾਰੀ ਬੰਦੇ ਆ, ਆਪਣਾ ਉਹਦਾ ਡੇਰਾ ਜਿਹੜਾ 80 ਰੁਪਈਆ ਆਇਆ ਉਹ ਕਿਤੇ
ਜਿੱਦਣ ਪੰਜਾਬ ਦਾ ਹਿੰਦੂ ਇਹ ਗੱਲ ਸਮਝ ਗਿਆ ਨਾ ਵੀ ਸਿੱਖ ਸਾਡੇ ਖਿਲਾਫ਼ ਨਹੀਂ ਲੜਦੇ, ਪੰਜਾਬ ਦੇ ਹੱਕਾਂ ਵਾਸਤੇ ਲੜਦੇ ਆ, ਔਰ ਉਹ ਹਿੰਦੂ ਅਤੇ ਮੁਸਲਮਾਨ ਇੱਥੇ ਸਾਡੇ ਭਰਾ ਨੇ, ਇਹ ਗੱਲ ਸਮਝਣ ਵਾਲੀ ਹੈ ਵੀ ਖਾਲਿਸਤਾਨ ਜਿੱਦਣ ਬਣ ਉਹਦੇ 'ਚ ਹਿੰਦੂ ਮੁਸਲਮਾਨ ਈਸਾਈ ਬੋਧੀ ਵੀ ਮੈਂ ਕੁਐਸਚਨ ਹੁੰਦੀ ਅੰਸ਼ਰ ਸੀ, ਉਹ ਕਹਿੰਦੇ ਵੀ ਜੇ ਖਾਲਿਸਤਾਨ ਬਣੂਗਾ ਵੀ ਅਸੀਂ ਜੇ ਮੰਨ ਲਓ ਪੰਜਾਬ 'ਚ ਰਹਿੰਦੇ ਹਾਂ ਅਸੀਂ ਹਿੰਦੂ ਹਾਂ ਕੋਈ ਵੀ ਹੈਗਾ ਬੰਦਾ ਤਾਂ ਜਿੱਦਾਂ ਪਾਕਿਸਤਾਨ ਇੰਡੀਆ ਦੀ ਵੰਡ ਹੋਈ ਸੀਗੀ ਫਿਰ ਸਾਨੂੰ ਇੱਧਰ ਉੱਧਰ ਜਾਣਾ ਪੈਣਾ? ਬਿਲਕੁਲ ਨਹੀਂ ਹੋਊਗਾ ਇੱਦਾਂ ਦਾ, ਨਾ ਉੱਧਰ ਉੱਧਰ ਜਾਣ ਦੀ ਲੋੜ ਹੈ। ਪਤਾ ਕਿ ਜਿਹਨਾਂ ਲੋਕਾਂ ਦੇ ਆਪਣੇ ਸਾਹ ਤਾਂ ਹਿੰਦੂਆਂ ਦੇ ਬੱਚਿਆਂ ਨੇ ਵੀ ਉਸੇ ਵਾਤਾਵਰਣ ਦੇ ਵਿੱਚ ਰਹਿਣਾ ਜਿੱਥੇ ਸਿੱਖਾਂ ਦੇ ਬੱਚੇ, ਜੇ ਪਾਣੀ ਪਾਣੀ ਡੂੰਘਾ ਜਾਂਦਾ ਹੈ ਤਾਂ ਉਹ ਹਿੰਦੂਆਂ ਦਾ ਵੀ ਪਾਣੀ ਹੈ, ਜੇ ਹਿੰਦੂਆਂ ਨੇ ਦਾਣੇ ਖਾਣੇ ਆ ਹਿੰਦੂਆਂ ਨੇ ਪਾਣੀ ਕੱਢਣਾ ਉਹੀ ਪਾਣੀ ਹਿੰਦੂਆਂ ਨੇ ਪਾਣੀ। ਦੋਸਤੋ ਸਾਡੇ ਦੇਸ਼ ਦੀ ਇੱਕ ਬੜੀ ਬਹਾਦਰ ਕੌਮ ਹੈ ਜਿਸ ਨੂੰ ਆਖਿਆ ਜਾਂਦਾ ਹੈ ਮਰਾਠੇ, ਯਾਨੀ ਕਿ ਮਰ ਹਟੇ। ਇਸ ਦਾ ਮਤਲਬ ਇਹ ਹੈ ਕਿ ਉਹ ਜੰਗ ਦੇ ਮੈਦਾਨ ਵਿੱਚ ਉਦੋਂ ਤੱਕ ਨਹੀਂ ਹਟਦੇ ਸੀ ਜਦੋਂ ਤੱਕ ਉਹਨਾਂ ਦੀ ਮੌਤ ਨਹੀਂ ਹੋ ਜਾਂਦੀ, ਉਹ ਸ਼ਹੀਦ ਨਹੀਂ ਹੋ ਜਾਂਦੇ, ਯਾਨੀ ਕਿ ਮਰ ਕੇ ਹੀ ਹਟਦੇ ਸੀ। ਪਰ ਦੁਨੀਆ ਦੇ ਤਖਤੇ 'ਤੇ ਇੱਕ ਇਹੋ ਜਿਹੀ ਕੌਮ ਵੀ ਆਈ ਜਿਸ ਦੇ ਸੂਰਮਿਆਂ ਨੇ ਮਰਨ ਤੋਂ ਬਾਅਦ ਵੀ ਜੰਗ ਦਾ ਮੈਦਾਨ ਨਹੀਂ ਛੱਡਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੀ, ਯਾਨੀ ਕਿ ਸਿੱਖ ਕੌਮ ਦੀ। ਅਤੇ ਬਾਬਾ ਦੀਪ ਸਿੰਘ ਜੀ ਜਿਵੇਂ ਤੁਸੀਂ ਜਾਣਦੇ ਹੋ ਜੀ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ, ਅਤੇ ਅੱਜ ਅਸੀਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਯਾਨੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਇੱਥੇ ਜਨਮ ਦਿਵਸ ਮਨਾ ਰਹੇ ਹਾਂ, ਜੋ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੁਆਰਾ ਮਨਾਇਆ ਜਾ ਰਿਹਾ ਹੈ। ਅਤੇ ਹਾਲਾਂਕਿ ਉਹਨਾਂ ਦੇ ਜਨਮ ਦਿਨ ਦੇ ਪ੍ਰਤੀ ਥੋੜ੍ਹੇ ਜਿਹੇ ਵੱਖਰੇ ਵੀ ਜ਼ਰੂਰ ਨੇ, ਅਤੇ ਅੱਜ ਦੇ ਦਿਨ ਇਸ ਕਰਕੇ ਕਈ ਕਹਿੰਦੇ ਆ ਕਿ ਉਹਨਾਂ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਦੇ ਦਿਨ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਸੀ, ਅੰਮ੍ਰਿਤ ਛਕਿਆ ਸੀ। ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਪਿੱਛੇ ਯੰਗਸਟਰ ਦੇ ਵਿੱਚ, ਅਤੇ ਤੁਸੀਂ ਵੀ ਜਾਣਦੇ ਹੋ ਕਿ ਹਾਲਾਂਕਿ ਹਿੰਦੁਸਤਾਨ ਦਾ ਜਿਹੜਾ ਮੀਡੀਆ ਹੈ ਉਸ ਦੇ ਵਿੱਚ ਬੇਸ਼ੱਕ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਇੰਝ ਕਹਿ ਲਓ ਕਿ ਅੱਤਵਾਦੀ ਗਰਦਾਨਿਆ ਜਾਂਦਾ ਹੈ, ਅਕਸਰ ਅਸੀਂ ਵੇਖਦੇ ਹਾਂ ਨਿਊਜ਼ ਦੇ ਵਿੱਚ, ਲੇਕਿਨ ਬਹੁਤ ਸਾਰੇ ਪੋਲੀਟੀਸ਼ੀਅਨਸ ਵੀ ਨੇ ਜਿਵੇਂ ਸੁਬਰਾਮਨਿਅਮ ਸਵਾਮੀ, ਉਹ ਵੀ ਮੰਨਦੇ ਆ ਕਿ ਅਸਲ ਦੇ ਵਿੱਚ ਉਹ ਸੰਤੀ ਸੀਗੇ, ਲੇਕਿਨ ਉਹ ਜਦੋਂ ਵੀ ਇਸ ਤਰੀਕੇ ਦੀ ਕੋਈ ਹਰਕਤ ਵੇਖਦੇ ਸੀ ਸਮਾਜ ਦੇ ਵਿੱਚ ਜਿਸ ਨੂੰ ਗੁਰਕਾਰਿਆ ਜਾਣਾ ਜ਼ਰੂਰੀ ਹੈ, ਜਿਸ ਦੇ ਖਿਲਾਫ਼ ਆਵਾਜ਼ ਉਠਾਉਣੀ ਜ਼ਰੂਰੀ ਹੁੰਦੀ ਹੈ, ਤਾਂ ਉਹ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਸੀ। ਅਤੇ ਮੈਂ ਇੱਥੇ ਜਦੋਂ ਆਇਆ ਮੈਂ ਵੇਖ ਕੇ ਹੈਰਾਨ ਹੋ ਗਿਆ ਵੀ ਯੰਗਸਟਰ ਦੇ ਵਿੱਚ ਵੀ ਕਿੰਨਾ ਹਜੂਮ ਹੈ, ਕਿੰਨਾ ਉਤਸ਼ਾਹ ਹੈ। ਹਾਲਾਂਕਿ ਬਹੁਤ ਸਾਰੇ ਜਿਹੜੇ ਮੇਰੇ ਵੀਰ ਨੇ ਉਹ ਕੇਸਾਧਾਰੀ ਨਹੀਂ ਨੇ, ਬਟ ਫਿਰ ਵੀ ਉਹਨਾਂ ਦੀ ਜਿਵੇਂ ਤੁਸੀਂ ਵੇਖ ਸਕਦੇ ਹੋ ਖਾਸ ਤੌਰ ਦੇ ਉੱਤੇ ਜਿਹੜੇ ਯੰਗਸਟਰ ਨੇ ਉਹ ਸ਼ੀਟ ਟੀ ਸ਼ਰਟਸ ਦੇ ਵੀ ਬੜੇ ਸ਼ੌਕੀਨ ਹੁੰਦੇ ਨੇ, ਅਤੇ ਪਤਾ ਨਹੀਂ ਕੀ ਉਹਨਾਂ ਦੇ ਨਾਂ ਵਿੱਚ ਨਾ ਇੱਕ ਇੰਝ ਕਹਿ ਲਓ ਕਿ ਜਦੋਂ ਉਹਨਾਂ ਦਾ ਨਾਂ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਯੰਗਸਟਰਸ ਦੇ ਵਿੱਚ ਵੀ ਜੋਸ਼ ਪੈਦਾ ਹੋ ਜਾਂਦਾ। ਕਈ ਕਈ ਲੋਕ ਕੀ ਕਹਿੰਦੇ ਆ, ਕਈ ਲੋਕ ਕਹਿੰਦੇ ਆ ਹੁਣ ਅੱਜ ਕੱਲ੍ਹ ਨਵਾਂ ਜ਼ਮਾਨਾ ਆ ਗਿਆ ਬਈ, ਹੁਣ ਜਿਹੜਾ ਇਹ ਹੁਣ ਸਾਨੂੰ ਕੋਈ ਖਤਰਾ ਨਹੀਂ ਹੈਗਾ ਵੀ ਹੁਣ ਜਿਹੜਾ ਜਿਹੜੀ ਅਸੀਂ ਇਹ ਰੀਤ ਚੱਲੀ ਆ ਰਹੀ ਹੈ ਸਿੱਖ ਕੌਮ ਦੇ ਵਿੱਚ ਸ਼ਸਤਰਾਂ ਦੀ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਜ਼ਿਕਰ ਕਰਦੇ ਹਾਂ 1984 ਦਾ, ਲੋਕ ਇਹ ਕਹਿ ਕੇ ਉਸ ਚੀਜ਼ ਨੂੰ ਜਾਇਜ਼ ਠਹਿਰਾ ਦਿੰਦੇ ਆ ਵੀ ਜਿਹੜਾ ਸੰਤਾਂ ਨੇ ਆ ਵੀ ਜਿਹੜਾ ਹਥਿਆਰ ਚੁੱਕ ਲਏ ਸੀਗੇ, ਹੈ ਜੀ। ਤਾਂ ਤੁਸੀਂ ਕੀ ਮੰਨਦੇ ਹੋ ਵੀ ਇਹ ਜਾਇਜ਼ ਆ ਵੀ ਇਹ, ਕਿਉਂਕਿ ਮੀਡੀਆ ਤਾਂ ਇਹੀ ਪ੍ਰਚਾਰਦਾ ਕਿ ਸੰਤਾਂ ਨੇ ਹਥਿਆਰ ਚੁੱਕੇ ਸੀ ਇਸ ਕਰਕੇ ਉਹਨਾਂ ਨੂੰ, ਕਿਉਂਕਿ ਹਰਿਮੰਦਰ ਸਾਹਿਬ ਦੀ ਅਕਾਲ ਤਖ਼ਤ ਦੇ ਵਿੱਚ ਰਹਿਣ ਲੱਗ ਗਏ ਸੀਗੇ, ਇੰਦਰਾ ਗਾਂਧੀ ਨੇ ਇਸ ਕਰਕੇ ਅਟੈਕ ਕੀਤਾ ਸੀਗਾ ਹਰਿਮੰਦਰ ਸਾਹਿਬ ਦੇ ਉੱਤੇ, ਉਹ ਇਸ ਚੀਜ਼ ਨੂੰ ਜਾਇਜ਼ ਮੰਨਦੇ ਆ ਜਾਂ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਆ, ਤੁਹਾਡਾ ਕੀ ਮੰਨਣਾ? ਅਸਲ ਇਹਦਾ ਜਵਾਬ ਅਸੀਂ ਦੇਣਾ ਸੀ। ਦੇਖੋ ਜਿਹੜਾ ਜਿਹੜਾ ਹਥਿਆਰ ਸਿੱਖ ਦਾ ਚੱਕਣਾ ਹੈ, ਹਥਿਆਰ ਧਾਰਨ ਕਰਨਾ ਅਲੱਗ ਗੱਲ ਹੈ, ਹਥਿਆਰ ਚੱਕਣਾ ਅਲੱਗ ਗੱਲ ਹੈ।
ਸੰਤਾਂ ਨੇ ਹਥਿਆਰ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਰਹਿੰਦੇ ਸੀ ਧਾਰਨ ਕੀਤੇ ਹੋਏ ਸੀ, ਜਿਹੜਾ ਸਿੱਖ ਦਾ ਨਿੱਜੀ ਅਧਿਕਾਰ ਹੈ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਹਥਿਆਰ, ਉਦੋਂ ਸਿੰਘਾਂ ਨੇ ਚੱਕਿਆ ਜਦੋਂ ਫੌਜ ਨੇ ਪਹਿਲ ਕਰੀ ਹੈ। ਸੰਤ ਕਿਸੇ 'ਤੇ ਹਥਿਆਰ ਚੱਕ ਕੇ ਨਹੀਂ ਗਏ, ਸਾਡੇ 'ਤੇ ਹਿੰਦੁਸਤਾਨ ਦੀ ਫੌਜ ਚੜ੍ਹ ਕੇ ਆ ਗਈ, ਫਿਰ ਤਾਂ ਚੱਕਣਾ ਹੀ ਆ, ਹੁਣ ਮਰਨਾ ਥੋੜ੍ਹੀ ਹੈ। ਇਹ ਤਾਂ ਸਾਨੂੰ ਗੁਰੂ ਸਾਹਿਬ ਨੇ ਹੱਕ ਦਿੱਤਾ, ਚੁਣਤਾਰ ਅੱਜ ਹਮਾਂ ਹੀਲ ਅਤੇ ਦਰਗੁਜਸਤ ਹਲਾਲ ਅਸਤ ਬੁਰਤਨ ਬਾਅਦ ਸ਼ਮਸ਼ੀਰ ਦਸਤ, ਇਹ ਤਾਂ ਗੁਰੂ ਸਾਹਿਬ ਦਾ ਸਿਧਾਂਤ ਹੈ। 14 ਜੰਗਾਂ ਗੁਰੂ ਦਸਵੇਂ ਪਾਤਸ਼ਾਹ ਨੇ ਲੜੀਆਂ, 6ਵੇਂ ਪਾਤਸ਼ਾਹ ਨੇ 4 ਲੜੀਆਂ, ਲੋਕ ਚੜ੍ਹ ਕੇ ਉਹਨਾਂ 'ਤੇ ਆ ਕੇ ਫਿਰ ਤਾਂ ਅਸੀਂ ਆਪਣੇ ਟਾਕਰੇ 'ਤੇ ਆਏ ਹੋਏ ਤਾਂ ਮੁਕਾਬਲਾ ਕਰਨਾ। ਜਿੰਨਾ ਚਿਰ ਇਹ ਗੱਲ ਬਿਲਕੁਲ ਸਮਝਣ ਦੇ ਵਿੱਚ ਫਰਕ ਹੈ, ਕਨਸੈਪਟ ਦੋ ਨੇ। ਜਦੋਂ ਸਿੱਖ ਅਕਾਲ ਤਖ਼ਤ ਦੇ ਸੰਤ ਰਹਿੰਦੇ ਸੀ, ਸਿੰਘ ਰਹਿੰਦੇ ਸੀ, ਉਹਨਾਂ ਦੇ ਸ਼ਸਤਰ ਧਾਰਨ ਕੀਤੇ ਹੋਏ ਸੀ, ਕਿਸੇ ਨੇ ਤਾਂ ਕੁਛ ਨਹੀਂ ਕਿਹਾ। ਪਰ ਜਦੋਂ ਫੌਜ ਚੜ੍ਹ ਕੇ ਆ ਗਈ, ਸਾਡੇ ਅਜ਼ਮਤ ਨੂੰ ਹਰਿਮੰਦਰ ਸਾਹਿਬ ਜੀ ਨੂੰ ਖਤਰਾ ਹੋ ਗਿਆ, ਅਕਾਲ ਤਖ਼ਤ ਜੀ ਨੂੰ ਖਤਰਾ ਹੋ ਗਿਆ, ਬੱਚਿਆਂ ਨੂੰ ਛੋਟੇ ਛੋਟੇ ਜਿਹੜੇ ਉੱਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਸਤੇ ਗਏ ਹੋਏ ਸੀਗੇ, ਉਹਨਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰਤਾ। ਫਿਰ ਉਹ ਬੱਚਿਆਂ ਦੇ ਸ਼ਸਤਰ ਧਾਰੇ ਹੋਏ ਸੀ, ਉਹ ਤਾਂ ਧਾਰਨ ਵੀ ਨਹੀਂ ਸੀ ਕਰੇ ਹੋਏ, ਉਹ ਵੀ ਮਾਰਦੇ ਫੌਜ ਨੇ ਬੈਂਟਾਂ ਦੇ ਨਾਲ ਸਰੋਵਰ ਦੇ ਉੱਤੇ ਪਾ ਪਾ ਕੇ ਮੇਰੇ ਬਾਬਾ ਜੀ ਤੁਰ ਕੇ ਗਏ ਸੀ ਉਦੋਂ ਕਰਫਿਊ ਦੇ ਵਿੱਚ। ਫੌਜ ਨੇ ਪ੍ਰਕਰਮਾਂ ਦੇ ਵਿੱਚ ਹੱਥੇ ਬੱਚਿਆਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ ਮਾਰਤਾ, ਉਹਨਾਂ ਨੇ ਕਿਹੜੇ ਹਥਿਆਰ ਚੱਕੇ ਸੀ ਦੱਸੋ ਤੁਸੀਂ। ਬਿਲਕੁਲ ਸਿੱਖ ਦਾ ਹਥਿਆਰ ਰੱਖਣਾ ਗੁਰੂ ਸਾਹਿਬ, ਗੁਰੂ 6ਵੇਂ ਪਾਤਸ਼ਾਹ, ਗੁਰੂ 10ਵੇਂ ਪਾਤਸ਼ਾਹ ਵੱਲੋਂ ਦਿੱਤਾ ਹੋਇਆ ਸਾਡਾ ਮੌਲਿਕ ਅਧਿਕਾਰ ਹੈ, ਕਿਉਂਕਿ ਅਕਾਲ ਤਖ਼ਤ ਦੇ ਹਰਿਮੰਦਰ ਸਾਹਿਬ ਰਾਜਨੀਤੀ ਦੇ ਧਰਮ ਸਿੱਖ ਦੇ ਦੋਨੇ ਇਕੱਠੇ ਪਹਿਲੂ ਹੈ। ਮੀਰੀ ਦੇ ਪੀਰੀ ਦੇ ਸਿਧਾਂਤ ਦੇ ਅਨੁਸਾਰ ਅਸੀਂ ਅੱਗੇ ਚੱਲਦੇ ਜਾਣਾ, ਅਤੇ ਇਹ ਕੋਈ ਸੰਤਾਂ ਦਾ ਉੱਥੇ ਹਥਿਆਰ ਧਾਰਨ ਕਰਨਾ ਗਲਤ ਨਹੀਂ ਸੀ। ਚੜ੍ਹ ਕੇ ਆਏ ਹੋਏ ਦੁਸ਼ਮਣ ਨੂੰ, ਜਿਹੜਾ ਸਾਡੇ ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾ ਰਿਹਾ, ਉਹਨੂੰ ਰੋਕਣਾ, ਉਹਨਾਂ ਨੇ ਆਪਣੇ ਧਰਮ ਦੇ ਖਾਤਰ ਲੜ ਕੇ ਸ਼ਹੀਦੀ ਪ੍ਰਾਪਤ ਕਰੀ ਹੈ, ਬਿਲਕੁਲ ਜਾਇਜ਼ ਉਹਨਾਂ ਦੀ ਲੜਾਈ। ਵੀ ਉਹਨਾਂ ਨੇ ਸ਼ਸਤਰ ਧਾਰਨ ਕੀਤੇ ਸੀਗੇ ਕਿ ਸ਼ਸਤਰ ਚੱਕੇ ਨਹੀਂ ਸੀਗੇ ਪਹਿਲਾਂ? ਨਹੀਂ, ਉਹ ਤਾਂ ਡਿਫੈਂਸ ਦੇ ਵਿੱਚ ਸੀਗੇ। ਹੁਣ ਡਿਫੈਂਸ ਦੇ ਵਿੱਚ ਤਾਂ ਸਿੱਖ ਇੱਥੇ ਖੜਾ, ਚਮਕੌਰ ਦੀ ਗੜੀ ਸਾਹਿਬ ਦੇ ਵਿੱਚ, ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਦੇ ਨਾਲ ਬੰਦੇ ਬੈਠੇ, ਸਾਰਾ ਗੜੀ 'ਤੇ ਫਿਲਮਾਂ ਬਣਨੀਆਂ ਉੱਥੇ ਬੈਠੇ ਹਾਂ। ਬਾਹਰੋਂ ਆਏ ਦੁਸ਼ਮਣ ਦਾ ਹਮਲਾਵਰ ਦਾ ਟਾਕਰਾ ਕਰਨਾ ਹੋਰ ਗੱਲ ਹੈ, ਕਿਸੇ 'ਤੇ ਚੜ੍ਹ ਕੇ ਜਾਣਾ ਹੋਰ ਗੱਲ ਹੈ, ਦੋ ਗੱਲਾਂ ਅਲੱਗ ਅਲੱਗ ਹੈ। ਲੜਾਈ ਹਮੇਸ਼ਾ ਜਦੋਂ ਵੀ ਆਰਮੀ ਕੋਈ ਲੜਦੀ ਹੈ, ਉਹ ਜਾਂ ਦੋ ਤਰੀਕੇ ਨਾਲ, ਜਾਂ ਤਾਂ ਡਿਫੈਂਸ 'ਚੋਂ ਲੜਦੀ ਹੈ ਜਾਂ ਅਟੈਕਰ ਹੋ ਕੇ ਲੜਦੀ ਹੈ। ਮਤਲਬ ਸੰਤ ਜਾਂ ਕੋਈ ਵੀ ਸਿੱਖ ਅੱਜ ਤੱਕ ਦੀ ਐਜੀਟੇਸ਼ਨ ਹਮਲਾਵਰ ਐਜੀਟੇਸ਼ਨ ਨਹੀਂ, ਉਹ ਡਿਫੈਂਡਡ ਐਜੀਟੇਸ਼ਨ ਹੈ, ਜਿਹਦਾ ਸਾਨੂੰ ਹੱਕ ਹੈ ਆਪਣੀ ਰੱਖਿਆ ਵਾਸਤੇ, ਤਾਂ ਸੰਵਿਧਾਨ ਵੀ ਹੱਕ ਦਿੰਦਾ। ਹੁਣ ਜਿੱਦਾਂ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ, ਮੀਡੀਆ ਦੇ ਵਿੱਚ ਇੱਕ ਆਮ ਇਨਸਾਨ, ਜਿੱਦਾਂ ਮੈਂ ਹੁਣ ਹੈਗਾ ਯੰਗਸਟਰ, ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਸਾਰਾ ਦਿਨ ਉਹ ਪੁਰਾਣੀ ਵੀਡੀਓਜ਼ ਵੇਖੀ ਜਾਂ ਪੁਰਾਣਾ ਇਤਿਹਾਸ ਪੜ੍ਹੀ, ਕਿਉਂਕਿ ਇੱਕ ਰੋਜ਼ਮਰਾ ਦੀ ਜ਼ਿੰਦਗੀ ਜਿਸ ਬੰਦੇ ਨੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਇੰਨੇ ਮਸਲੇ ਨੇ, ਬੰਦੇ ਨੂੰ ਇੱਥੇ ਰੋਜ਼ੀ ਰੋਟੀ ਦਾ ਵੀ ਮਸਲਾ ਨਹੀਂ ਪੂਰਾ ਹੁੰਦਾ, ਤਾਂ ਬੰਦਾ ਬਹੁਤਾ ਚਿਰ ਵਿਚਾਰ ਨਹੀਂ ਕਰਦਾ, ਹੈ ਨਾ ਜੀ? ਅਤੇ ਪਹਿਲੀ ਨਜ਼ਰ ਦੇ ਵਿੱਚ ਜਿਹੜਾ ਇਹ ਗਰਦਾਨਿਆ ਜਾਂਦਾ ਹੈ, ਇਹ ਗਰਦਾਨਿਆ ਜਾਂਦਾ ਪਹਿਲੀ ਨਜ਼ਰ ਦੇ ਵਿੱਚ ਵੀ ਜਿਹੜਾ ਹਥਿਆਰ ਚੱਕਿਆ ਸੀ ਇਸ ਕਰਕੇ ਅਟੈਕ ਕੀਤਾ ਸੀ, ਪਰ ਸੁਣਨ ਦੇ ਵਿੱਚ ਇਹ ਵੀ ਆਇਆ ਵੀ ਜਿਹੜੇ ਇੰਦਰਾ ਗਾਂਧੀ ਨੇ ਜਿਹੜੀ ਪਲੈਨਿੰਗ ਕੀਤੀ ਸੀ ਅਟੈਕ ਦੀ, ਉਹ ਫੈਬਰੀ ਦੇ ਵਿੱਚ ਹੀ ਕਰ ਲਈ ਸੀ ਪਹਿਲਾਂ, ਹੁਣ ਜਦਕਿ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਦੇ ਅਕਾਲ ਤਖ਼ਤ ਦੇ ਵਿੱਚ ਆਏ ਹੀ ਨਹੀਂ ਸੀ। ਸਿੰਘ ਸਾਹਿਬ ਇੱਕ ਹੋਰ ਗੱਲ, ਹੁਣ ਅੱਜ ਦੇ ਦਿਨ ਸਾਡੇ ਪ੍ਰਚਾਰਕ ਪਤਾ ਕੀ ਪ੍ਰਚਾਰ ਕਰ ਰਹੇ ਨੇ ਕਿ ਤੁਸੀਂ ਹਥਿਆਰ ਨਾ ਰੱਖੋ, ਵਿਚਾਰਾਂ ਦਾ ਸਮਾਂ। ਰਣਜੀਤ ਸਿੰਘ ਢੰਡਰੀਆਂ ਵਾਲਾ ਇਹੀ ਲੋਕਾਂ ਨੂੰ ਕਰ ਰਿਹਾ, ਇਹਦੇ ਨਾਲ ਸਾਡਾ ਯੂਥ ਕੀ ਹੈ, ਉਹਨਾਂ ਨੂੰ ਵਾਰ ਵਾਰ ਡੀਮੋਰਨਾਈਜ਼ ਕਰਿਆ ਜਾ ਰਿਹਾ ਵੀ ਤੁਹਾਡਾ ਜਿਹੜਾ ਬਚਿੱਤਰ ਸਿੰਘ ਉਹ ਤਾਂ ਹਾਥੀ ਦੇ ਤਵੇ ਨਹੀਂ ਪਾੜ ਸਕਦਾ, ਤੁਸੀਂ ਤਾਂ ਅੰਮ੍ਰਿਤ ਵੇਲੇ ਉੱਠੇ ਨਹੀਂ ਸਕਦੇ, ਤੁਸੀਂ ਆਪਣਾ ਦਿਮਾਗ ਅਪਗ੍ਰੇਡ ਕਰ ਲਓ। ਨਹੀਂ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਏਜੰਸੀਆਂ ਹੀ ਕਰਵਾ ਰਹੀਆਂ, ਸਾਨੂੰ ਸ਼ਸਤਰ ਲੈਸ ਕਰਨ ਵਾਸਤੇ ਸਾਡੇ ਸਿੱਖ ਪ੍ਰਚਾਰਕਾਂ ਨੂੰ ਸਾਡੇ ਖਿਲਾਫ਼ ਵਰਤ ਰਹੀਆਂ, ਸਾਨੂੰ ਸ਼ਸਤਰ ਲੈਸ ਕਰਕੇ। ਉੱਧਰ ਦੂਜੇ ਪਾਸੇ ਅਸੀਂ ਤਾਂ ਸ਼ਸਤਰ ਨਾ ਰੱਖੇ, ਸਾਡੇ ਵਾਸਤੇ ਸ਼ਸਤਰਾਂ ਦਾ ਸਮਾਂ ਨਹੀਂ। RSS ਦੇ ਸਾਰੇ ਕੈਂਪਾਂ ਦੇ ਵਿੱਚ 5-5 ਸਾਲ ਦੇ ਜਵਾਕਾਂ ਨੂੰ ਵੀ ਸੋਟੀਆਂ ਚਲਾਉਣੀਆਂ ਸਿਖਾਈਆਂ ਜਾਂਦੀਆਂ, ਉਹਨਾਂ ਦੇ ਮੰਦਰਾਂ ਦੇ ਵਿੱਚ ਵੀ ਹਥਿਆਰਾਂ ਦੇ ਡੰਪ ਫੜੇ ਜਾਂਦੇ ਆ, ਉਹਨਾਂ ਦਾ ਤਾਂ ਕੋਈ RSS ਦਾ ਬੰਦਾ
ਕੋਈ ਨਹੀਂ ਕਹਿੰਦਾ ਹਥਿਆਰ ਰੱਖਣੇ ਗਲਤ ਹੈ। ਸਾਡੇ ਪ੍ਰਚਾਰਕ ਅੱਜ ਬੈਠ ਬੈਠ ਕੇ ਲੱਖਾਂ ਦੇ ਇਕੱਠ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਨੌਜਵਾਨਾਂ ਨੂੰ ਤੁਸੀਂ ਸ਼ਸਤਰ ਨਾ ਰੱਖੋ, ਕਿਉਂ ਦਿੱਲੀ ਦੇ ਵਿੱਚ ਨਹੀਂ ਰੱਖੇ ਸੀ ਸ਼ਸਤਰ? ਫਿਰ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਆਪ ਉਡਾਉਣੀ। ਸੰਤ ਜਰਨੈਲ ਸਿੰਘ ਕਹਿੰਦੇ ਸੀ ਤੁਸੀਂ ਸ਼ਸਤਰਧਾਰੀ ਹੋਵੋ, ਸ਼ਸਤਰਧਾਰੀ ਤੁਸੀਂ ਕਿਸੇ ਨੂੰ ਮਾਰਨ ਨਾ ਜਾਓ, ਕਿਸੇ 'ਤੇ ਜ਼ੁਲਮ ਨਾ ਕਰੋ, ਜਾਂ ਤੁਹਾਡੀ ਧੀ ਭੈਣ ਦੀ ਕੋਈ ਇੱਜ਼ਤ ਲੁੱਟੇ ਉਹਨੂੰ ਤਾਂ ਬਚਾ ਲਓ, ਸ਼ਸਤਰ ਇਹ ਕਨਸੈਪਟ ਹੈ। ਦੋਸਤੋ ਮੈਂ ਤੁਹਾਨੂੰ ਇੱਕ ਗੱਲ ਹੋਰ ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਕਿ ਹੁਣ ਜ਼ਮਾਨਾ ਬਦਲ ਗਿਆ, ਕਿ ਨਵੀਂ ਸਰਕਾਰ ਆ ਗਈ, ਇਹ ਬਹੁਤ ਅਪਡੇਟਡ ਹੋ ਗਿਆ, ਹੁਣ ਸ਼ਸਤਰਾਂ ਦੀ ਲੋੜ ਨਹੀਂ। ਪਰ ਤੁਸੀਂ ਵੇਖੋ ਵੀ ਇੱਕ ਮਿੰਟ ਇੱਥੇ ਰੁਕ ਕੇ ਇੱਕ ਗੱਲ ਸੁਣਿਓ, ਇਸ ਗੱਲ 'ਤੇ ਡਿਸਕਸ ਹੋਣੀ ਚਾਹੀਦੀ ਹੈ। ਨਵੀਂ ਸਰਕਾਰ ਦੇ ਚਿਹਰੇ ਬਦਲਦੇ ਹੈ ਹਮੇਸ਼ਾ। ਹੁਣ ਪੰਜਾਬ ਦੇ ਵਿੱਚ ਸੀ ਐਮ ਅਮਰਿੰਦਰ ਬਣ ਜਾਵੇ ਜਾਂ ਭਗਵੰਤ ਮਾਨ ਜਾਂ ਬਾਦਲ ਬਣ ਜਾਵੇ, ਇਹ ਬੰਦੇ ਤਾਂ ਇੱਕ ਮਤਲਬ ਇੱਕ ਚਿਹਰਾ ਨੇ। ਇਹਨਾਂ ਨੂੰ ਆਪਰੇਟ ਹਮੇਸ਼ਾ ਸਟੇਟ ਦੀਆਂ ਸ਼ਕਤੀਆਂ ਕਰਦੀਆਂ ਨੇ, ਏਜੰਸੀਆਂ ਕਰਦੀਆਂ ਨੇ। ਇਹ ਖੁਦ ਕੁਛ ਨਹੀਂ ਕਰਨ ਯੋਗੇ। ਅਮਰਿੰਦਰ ਸਿੰਘ ਨੂੰ ਬਲ 'ਤੇ ਫੜ ਕੇ ਜਿਵੇਂ ਏਜੰਸੀਆਂ ਚਲਾਉਣਗੇ ਉਵੇਂ ਚੱਲੂ, ਉਵੇਂ ਬਾਦਲ ਨੂੰ ਚਲਾਉਣਗੇ ਉਵੇਂ ਕੱਲ੍ਹ ਨੂੰ ਭਗਵੰਤ ਮਾਨ ਨੂੰ ਚਲਾਉਣਗੀਆਂ। ਸਾਡਾ ਮਸਲਾ ਮੈਂ ਤੁਹਾਨੂੰ ਇੱਕ ਨੇੜੇ ਸਮਝਾਉਂਦਾ, ਆਪਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹਾਂ। ਹੁਣ ਅਸੀਂ ਸਾਰੇ ਕਹੀ ਜਾਂਦੇ ਸਾਡੇ ਕਰਜ਼ੇ ਮਾਫ਼ ਕਰ ਦਿਓ, ਸਾਨੂੰ ਆਹ ਫ੍ਰੀ ਦੇ ਦਿਓ, ਸਾਨੂੰ ਆਹ ਫ੍ਰੀ ਦੇ ਦਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਅਟੈਕ ਕਰਿਆ ਸਭ ਤੋਂ ਪਹਿਲਾਂ ਸਰਹੰਦ ਤੋਂ ਪਹਿਲਾਂ ਸਮਾਣੇ 'ਤੇ, ਸ਼ਹਿਰ ਸਮਾਣੇ 'ਤੇ। ਉੱਥੇ ਲੋਕ ਆਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਸ਼ਹਿਰ ਸਮਾਣੇ 'ਚ 10,000 ਬੰਦੇ ਨੂੰ ਮਾਰਤਾ, ਤਾਂ ਉਹਨਾਂ ਨੇ ਜਦੋਂ ਆਏ ਉਹਨਾਂ ਨੇ ਕੀ ਕੀਤਾ? ਲੋਕਾਂ ਨੇ ਕਿਹਾ ਜੀ ਸਾਡੇ ਸਿਰ ਜ਼ਿੰਮੇਦਾਰ ਆ, ਅਸੀਂ ਕਰਜ਼ਾ ਬਹੁਤ ਹੈ ਰਜਵਾੜਿਆਂ ਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਗੱਲ ਸੁਣ ਲਈ। ਜਦੋਂ ਸਰਹੰਦ ਦੇ ਉੱਤੇ ਹਮਲਾ ਕਰਕੇ ਸਰਹੰਦ 'ਤੇ ਸਿੱਖ ਰਾਜ ਦਾ ਝੰਡਾ ਝੁੱਲ ਗਿਆ, ਆਪਣੀ ਕਰੰਸੀ ਆਪਣਾ ਸਿੱਕਾ ਜਾਰੀ ਕਰਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਗੱਲ ਇਹ ਕੀਤੀ ਸੀਗੀ ਵੀ ਸਾਰੇ ਜ਼ਿੰਮੀਦਾਰਾਂ ਨੂੰ ਉਹਨਾਂ ਦੇ ਮਾਲਕਾਂ ਨਾਲ ਜ਼ਮੀਨ ਦੇ ਹੱਕ ਦਿੱਤੇ ਅਤੇ ਸਾਰੀਆਂ ਪਹੀ ਖਾਤੇ ਸਾਰਦੇ। ਮੇਰੀ ਗੱਲ ਸਮਝੋ, ਨੁਕਤਾ ਸ਼ਹਿਰ ਸਮਾਣੇ ਦੇ ਵਿੱਚ ਗੱਲ ਸੁਣੀ ਪਰ ਉੱਥੇ ਕਰਜ਼ਾ ਮਾਫ਼ ਨਹੀਂ ਸੀ ਹੋਇਆ। ਕਿਉਂ ਨਹੀਂ ਸੀ ਹੋਇਆ? ਆਪਣਾ ਰਾਜ ਨਹੀਂ ਸੀ, ਇੱਥੇ ਆ ਕੇ ਆਪਣਾ ਸਿੱਕਾ ਚੱਲਿਆ, ਆਪਣਾ ਰਾਜ ਸਥਾਪਿਤ ਹੋਇਆ। ਭਾਈ ਬਾਜ ਸਿੰਘ ਨੂੰ ਸੂਬੇਦਾਰ ਲਾਇਆ ਅਤੇ ਨਾਇਬ ਸੂਬੇਦਾਰ ਭਾਈ ਅਰਲੀ ਸਿੰਘ ਨੂੰ ਲਾਇਆ ਸਰਹੰਦ ਤੋਂ, ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਦਣ ਕਰਜ਼ੇ ਮਾਫ਼ ਕੀਤੇ ਜਿੱਦਣ ਸਿੱਖ ਰਾਜ ਆ ਗਿਆ। ਸਾਡੇ ਆ ਜਿਹੜੇ ਅਸੀਂ ਭੀਖ ਮੰਗਦੇ ਫਿਰਦੇ ਹਾਂ, ਸਾਡੇ ਕਰਜ਼ੇ ਮਾਫ਼ ਕਰ ਦਿਓ, ਸਾਨੂੰ ਆਟਾ ਦਾਲ ਦੇ ਦਿਓ, ਇਹ ਮੁਸ਼ਕਿਲੀ ਦੀਆਂ ਨਿਸ਼ਾਨੀਆਂ, ਭਿਖਾਰੀਆਂ ਦੇ ਨਿਸ਼ਾਨੇ। ਸਾਡੇ ਕਰਜ਼ੇ ਉਦਣ ਮਾਫ਼ ਹੋਣੇ ਜਿੱਦਣ ਸਾਡੀ ਆਪਣੀ ਕੌਮ ਦਾ ਰਾਜ ਹੋਊਗਾ। ਮਹਾਰਾਜ ਕਹਿ ਕੇ ਗਏ ਹਾਂ ਹਮ ਰਾਖਤ ਪਾਤਸ਼ਾਹੀ ਦਾਵਾ, ਰਾਜ ਬਿਨਾਂ ਨਹਿ ਧਰਮ ਚੱਲੇ ਹਾਂ। ਅੱਜ ਸਾਡੇ ਧਰਮ ਦੇ ਵਿੱਚ ਸਾਡੇ ਬਰਾਬਰ ਸਾਡੇ ਪ੍ਰਚਾਰਕ ਸਾਡੇ ਖਿਲਾਫ਼ ਸਟੇਟਮੈਂਟਾਂ ਕਾਹਦੇ ਦੇ ਰਹੇ ਹੈ? ਅੰਮ੍ਰਿਤ ਦੇ ਖਿਲਾਫ਼ ਸਟੇਟਮੈਂਟ, ਹਰਿਮੰਦਰ ਸਾਹਿਬ ਦੇ ਖਿਲਾਫ਼ ਸਟੇਟਮੈਂਟ, ਸਰੋਵਰਾਂ ਦੇ ਖਿਲਾਫ਼ ਸਟੇਟਮੈਂਟ, ਨਿਤਨੇਮ ਉੱਠ ਕੇ ਕਰਨ ਦੇ ਖਿਲਾਫ਼ ਸਟੇਟਮੈਂਟ। ਉਹਦਾ ਕਾਰਨ ਕਿਆ? ਜੇ ਸਾਡਾ ਆਪਣਾ ਰਾਜ ਹੋਵੇ ਫੜ ਕੇ ਸਾਲੇ ਨੂੰ ਸਾਹਮਣੇ ਉਹਨੇ ਜੇਲ੍ਹ 'ਚ ਸਿੱਟ ਦੀ ਵੀ ਤੇਰੀ ਕਿਆ ਜ਼ਰੂਰਤ ਹੈ, ਤੂੰ ਆਹ ਗੱਲ ਕਹੇ? ਉਹ ਸਾਡਾ ਨੁਕਸਾਨ ਇਸੇ ਕਰਕੇ ਕਰ ਰਿਹਾ, ਸਾਡਾ ਰਾਜ ਹੈ ਨਹੀਂ। ਅਸੀਂ ਭੀਖ ਨਾ ਮੰਗੀਏ, ਅਸੀਂ ਦਾਵਾ ਕਰੀਏ ਰਾਜ ਵਾਸਤੇ। ਹਾਂ ਇੱਕ ਗੱਲ ਹੋਰ, ਅੱਜ ਇਹ ਮੇਰੇ ਰਾਜ ਵਾਲੀ ਗੱਲ ਕਹਿਣ 'ਤੇ ਕਈ ਬੰਦਿਆਂ ਨੂੰ ਲੱਗੂਗਾ ਮੈਂ ਕਹਿੰਦਾ ਚੱਕ ਕੇ ਹਥਿਆਰ ਕਿਸੇ ਨਾਲ ਲੜੋ, ਗਲਤ ਹੈ। ਹਥਿਆਰ ਆਪਣੀ ਸੇਫਟੀ ਵਾਸਤੇ ਧਾਰਨ ਕਰੋ, ਗੁਰੂ ਮਹਾਰਾਜ ਦਾ ਹੁਕਮ ਹੈ। ਪਰ ਅੱਜ ਡੈਮੋਕਰੇਟਿਕ ਅਲਾਇੰਸ ਦੇ ਵਿੱਚ ਅਸੀਂ ਡੈਮੋਕਰੇਟਿਕ ਤੌਰ 'ਤੇ ਤਕੜੇ ਹੋ ਕੇ ਇੱਕ ਪਲੇਟਫਾਰਮ 'ਤੇ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਸੀਂ ਵੀ ਰਾਜ ਲੈਣ ਵਾਸਤੇ ਮਤਲਬ ਜਿਹੜੇ ਚਾਰਾ ਜੋਈ ਜਿਹੜੇ ਤਰੀਕਿਆਂ ਨਾਲ ਹੋ ਸਕਦੀ ਹੈ ਕੌਮ ਦਾ ਬਿਨਾਂ ਨੁਕਸਾਨ ਕਰਾਇਆ, ਅਤੇ ਉਹ ਰਾਹ ਸਾਨੂੰ ਚੱਲਣਾ। ਅਸਲ ਦੇ ਵਿੱਚ ਜੀ ਜਿਹੜੀ ਦੂਜੀ ਧਿਰ ਹੈਗੀ ਜਦੋਂ ਅਸੀਂ ਢਿੱਡੀਆਂ ਵਾਲੇ ਦਾ ਨਾਂ ਲਿਖਿਆ ਅਤੇ ਉਹ ਕਹਿੰਦੇ ਵੀ ਇਹ ਡੈਮੋਕ੍ਰੇਸੀ ਆ, ਵੀ ਜੇ ਤੁਸੀਂ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਵੀ ਆਪਣਾ ਪੰਡਾਲ ਲਾ ਕੇ ਤੁਸੀਂ ਕਰੋ, ਤੁਸੀਂ ਤਰਕ ਦੇ ਹਿਸਾਬ ਨਾਲ। ਨਹੀਂ ਇਹ ਗਲਤ ਹੈ। ਦੇਖੋ ਇਹਦੇ ਨਾਲ ਗੁੰਮਰਾਹ ਕਰਿਆ ਜਾ ਰਿਹਾ। ਕਿਸੇ ਬੰਦੇ ਨੂੰ ਵੀ ਡੈਮੋਕ੍ਰੇਸੀ ਦੇ ਵਿੱਚ ਆਪਣੇ ਨਿੱਜੀ ਵਿਚਾਰ ਰੱਖਣ ਦਾ ਹੱਕ ਹੈ, ਪਰ ਸਿੱਖ ਸਿਧਾਂਤਾਂ ਦੇ ਉੱਤੇ ਬੇਸਿਕ ਜਿਹੜੇ ਪ੍ਰਿੰਸੀਪਲ ਆਫ ਸਿੱਖਇਜ਼ਮ ਹੈ ਉਹਦੇ ਉੱਤੇ ਕਮੈਂਟ ਔਰ ਕ੍ਰਿਟੀਸਾਈਜ਼ ਕਰਨ ਦਾ ਅਧਿਕਾਰ ਨਹੀਂ। ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਗੱਲ ਕਰਨੀ ਪਊਗੀ। ਆਪਣੀ ਗੱਲ ਰੱਖਣੀ ਹੋਰ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਪ੍ਰਚਾਰ ਕਰਨਾ ਹੋਰ ਗੱਲ ਹੈ। ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਕੀਤੇ ਹੋਏ ਪ੍ਰਚਾਰ ਨੂੰ ਇਹ ਕਹਿੰਦਾ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਇਹ ਗਲਤ ਹੈ। ਉਹ ਗੁਰੂ ਆਪਣੀ ਗੱਲ ਰੱਖੇ, ਪਰ ਗੁਰਬਾਣੀ ਦੇ ਸਿਧਾਂਤਾਂ ਨੂੰ ਤੋੜਨ ਵਾਲੀ ਗੱਲ ਜਦੋਂ ਉਹ ਕਰਦਾ ਹੈ
ਉਹਨੂੰ ਉਹ ਆਪਣਾ ਮਤਲਬ ਏਜੰਸੀਆਂ ਤੇ ਉਹਨੂੰ ਇਸ਼ਾਰਾ ਹੈ, ਨਿਊਜ਼ੀਲੈਂਡ ਅਮਰੀਕੀ ਦਾ ਇਸ਼ਾਰਾ ਹੈ, ਉਹ ਮਤਲਬ ਗੁੰਮਰਾਹ ਕਰ ਰਿਹਾ ਵੀ ਆਪਣੀ ਗੱਲ ਰੱਖ ਰਿਹਾ, ਆਪਣੀ ਨਹੀਂ ਰੱਖ ਰਿਹਾ, ਦੂਜੇ ਸਿਧਾਂਤ ਤੋੜ ਰਿਹਾ, ਉਹ ਕੋਈ ਵੀ ਨਹੀਂ ਤੋੜ ਸਕਦਾ। ਸਿੰਘ ਸਾਹਿਬ ਜੀ ਇਹਨਾਂ ਨੇ ਪਹੁੰਚਣਾ ਉੱਥੇ ਹੀ ਹੈ, ਆਖਰੀ ਗੱਲ ਤੇ ਇਹਨਾਂ ਨੇ ਜਾਣਾ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਗੱਡੀ ਤਾਂ ਮਿਲੀ ਨਹੀਂ ਹੈਗੀ, ਤਾਂ ਝੂਠ ਬੋਲਦੇ ਅਸੀਂ ਨਹੀਂ ਦੇਖਿਆ, ਇੱਥੇ ਪਹੁੰਚਣਾ ਇਹਨਾਂ ਦਾ ਮਿਸ਼ਨ ਇਹੀ ਹੈ। ਪਰ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਗੱਦੀ ਗਿਆਨ ਨੂੰ ਮਿਲੀ ਸੀ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਗ੍ਰੰਥ ਨੂੰ ਦਿੱਤੀ ਸੀ? ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਨਾਲੇ, ਤਾਂ ਆਪਾਂ ਨੂੰ ਉਹਦੀ ਗਾਈ ਵੀ ਜਾਂਦੇ ਹਾਂ। ਇੱਕ ਹੋਰ ਗੱਲ ਚੱਲਦੀ ਹੈ ਵੀ ਜਿਹੜਾ ਸਤਿਕਾਰ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਬਈ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਆ ਵੀ ਬਹੁਤ, ਜਿੱਦਾਂ ਹਰਿਮੰਦਰ ਸਾਹਿਬ ਦੇ ਉੱਤੇ ਬਹੁਤ ਮਹਿੰਗੇ ਮਹਿੰਗੇ ਮਾਤਾ ਸਾਹਿਬ ਚੜ੍ਹਦੇ ਆ, ਕਈ ਲੋਕ ਕਹਿੰਦੇ ਆ ਵੀ ਕਿੰਤੂ ਪਰੰਤੂ ਇਸ ਦੇ ਉੱਤੇ ਵੀ ਹੋਣ ਲੱਗ ਗਿਆ ਅੱਜ ਕੱਲ੍ਹ, ਇਸ ਕਰਕੇ ਮੈਂ ਚਾਹੁੰਦਾ ਵੀ ਥੋੜ੍ਹੇ ਜਿਹੇ ਇਹਦੇ ਬਾਰੇ ਵੀ। ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਉਹ ਕੋਈ ਆਮ ਗੱਲ ਤਾਂ ਹੈ ਨਹੀਂ, ਉਹ ਦੋ ਜਹਾਨ ਦੇ ਬਾਲੀ ਨੇ, ਉੱਥੇ ਉਹਨਾਂ ਦਾ ਸਤਿਕਾਰ, ਉਹਨਾਂ ਦੇ ਦਰਬਾਰ ਦਾ ਸਤਿਕਾਰ ਜ਼ਰੂਰੀ ਹੈ। ਪਰ ਜੇ ਹੁਣ ਸਾਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਵਿੱਚ ਕਲੀਨ ਕਾਰਪੈਟ ਵੀ ਵਿਛੇ ਹੋਏ ਆ, ਰੁਮਾਲੇ ਵੀ ਵਧੀਆ ਹੈਗੇ ਆ, ਦੂਜੇ ਪਾਸੇ ਮੈਂ ਅੱਜ 5000 ਰੁਪਏ ਦੀ ਸੇਵਾ ਕਰਨੀ ਆ, ਇੱਕ ਗਰੀਬ ਗੁਰਸਿੱਖ ਦਾ ਬੱਚਾ ਬੱਚੀ ਸਕੂਲ ਜਾਣ ਕੇ ਰਹਿੰਦਾ, ਮੈਂ ਨਾਲ ਉਸ ਨੂੰ ਰੁਮਾਲਾ ਚੜ੍ਹਾਵਾਂ, ਪਰ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਐ ਨਹੀਂ, ਅਸੀਂ ਵੀ ਉਹ ਕਰਨਾ ਹੀ ਛੱਡ ਦੀ, ਉਹ ਕਰਨਾ ਪਰ ਉਹ ਵਾਜਬ ਕਰਨਾ, ਅਸੀਂ ਮਤਲਬ ਐਸੀ ਮਨਮਤ ਦੇ ਵਿੱਚ ਨਹੀਂ ਪੈਣਾ ਵੀ ਆਪਣੇ ਬੱਚੇ ਅਸੀਂ ਪੜ੍ਹਾਈ ਤੋਂ ਵਾਂਝੇ ਕਰ ਦਈਏ। ਜਿਹੜਾ ਦਿਮਾਗ ਦਾ ਤੁਸੀਂ ਕਹਿੰਦੇ ਆ, ਦਿਮਾਗ ਬੜੇ ਬੜੇ ਇੱਥੇ ਗ੍ਰੰਥ ਪੜ੍ਹ ਕੇ ਬੇਵਕੂਫ ਬਣ ਕੇ ਚਲੇ ਗਏ। ਮਹਾਰਾਜ ਕਹਿੰਦੇ ਆ ਭਿਖਾਰੀ ਤੇ ਜੋ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਕਲ ਮੂਰਖ ਕੋ ਪੰਡਿਤ ਕਰਵੋ, ਪੰਡਿਤ ਤੇ ਮੂਰਖਾਰੀ। ਮਹਾਰਾਜ ਕਹਿੰਦੇ ਵੀ ਬੜੇ ਬੜੇ ਵਿਦਵਾਨਾਂ ਨੂੰ ਰੱਬ ਮੂਰਖ ਬਣਾ ਦਿੰਦਾ, ਮੂਰਖਾਂ ਨੂੰ ਪੰਡਿਤ ਬਣਾ ਦਿੰਦਾ। ਵਿਗਿਆਨ ਦੇ ਨਾਲ ਨਹੀਂ ਧਰਮ ਚੱਲਦਾ, ਧਰਮ ਗੁਰੂ ਦੇ ਉੱਤੇ ਸ਼ਰਧਾ ਵਿਸ਼ਵਾਸ ਔਰ ਅਕੀਦੇ ਨਾਲ ਚੱਲਦਾ। ਜਿਹੜੇ ਬੰਦੇ ਅੱਜ, ਚਲੋ ਹੋਰ ਗੱਲ ਦੱਸੋ, ਢੱਡਰੀਆਂ ਵਾਲੇ ਦਾ ਕੋਈ ਬੰਦਾ ਫਿਊਚਰ ਦੇ ਵਿੱਚ ਜਾਂ ਅੱਜ ਤੱਕ ਦਿਖਾ ਦਿਓ ਜੇ ਉਂਗਲੀ ਵੀ ਕਟਾ ਜਾਵੇ, ਜਿਹੜੇ ਬੰਦਿਆਂ ਨੇ ਰੱਬ ਤੇ ਅਕੀਦਾ ਰੱਖਿਆ। ਸੰਤ ਜਰਨੈਲ ਸਿੰਘ ਦੇ ਬੰਦੇ ਕੱਲ੍ਹ 72 ਘੰਟਿਆਂ ਤੱਕ, ਅੱਜ ਆਪਾਂ ਮਨਾਉਂਦੇ ਹਾਂ ਨਾ ਜਨਮ ਦਿਨ, 72 ਘੰਟਿਆਂ ਤੱਕ ਫੌਜ ਦੇ ਨੱਕ 'ਚ ਦਮ ਕਰਤਾ, ਇੱਕ ਬੰਦਾ ਲੜਿਆ ਨਾ ਲੱਖਾਂ ਦੇ ਨਾਲ, ਚਮਕੌਰ ਸਾਹਿਬ ਦੀ ਗੜੀ ਨੂੰ ਦੁਹਰਾਇਆ, ਸਾਰਾ ਗੜੀ ਨੂੰ ਦੁਹਰਾਇਆ, ਇਹਨਾਂ ਦਾ ਬੰਦਾ ਕੋਈ ਧਰਮ ਵਾਸਤੇ ਕੁਛ ਕਰਕੇ ਤਾਂ ਦੱਸੇ, ਇਟ ਮੀਨ ਹੈ ਕਿਆ ਇਹਨਾਂ ਦੇ ਦਿਮਾਗ ਦੇ ਵਿੱਚ? ਇੱਕ ਗੱਲ ਉਹਨੇ ਪਾਲਤੀ, ਇਹ ਪੁਜਾਰੀ ਬੰਦੇ ਆ ਆਪਣਾ, ਉਹਦਾ ਡੇਰਾ ਜਿਹੜਾ 80 ਰੁਪਏ ਆਇਆ ਉਹ ਕਿੱਥੇ ਤੇ? ਇੱਕ ਸੰਤ ਜਰਨੈਲ ਸਿੰਘ ਜੀ ਕਾਂਸੇ ਭੇਡਣ ਵਾਲੇ ਦੀ ਨਾ ਇੱਕ ਵੀਡੀਓ ਹੈਗੀ ਆ, ਉਹਦੇ ਵਿੱਚ ਤੁਹਾਨੂੰ ਪਤਾ ਲੱਗਣਾ ਕਿਸ ਚੀਜ਼ ਦਾ ਜ਼ਿਕਰ ਕਰ ਰਹੇ ਹਾਂ। ਨਹੀਂ ਦੱਸੋ, ਮੈਂ ਉਹਦੇ ਵਿੱਚ ਕਿਹਾ ਹੋਇਆ ਬਈ ਮੈਂ ਉਹ ਜੀਤ ਦੀ ਗੱਲ ਆ, ਪਰ ਉਹ 2% 98% ਗੱਲ ਇਹ ਹੈ, ਇਹ ਹਿੰਦੂਆਂ ਦੇ ਲੀਡਰਾਂ ਨੇ ਬਿਆਨ ਦਿੱਤਾ ਸੀਗਾ ਵੀ ਸਿੱਖ ਮੁੱਠੀ ਭਰ ਹੈ, ਜਿਵੇਂ ਹੁਣ ਸੂਰੀ ਬਿਆਨ ਨਹੀਂ ਦੇ ਰਿਹਾ, 2% ਹੈ ਮਸਲ ਕੇ ਰੱਖ ਲਓ, ਐਵੇਂ ਬਿਆਨ ਦਿੱਤਾ ਸੀਗਾ ਵੀ ਜਿਹੜੇ ਸਿੱਖ ਹੈ ਉਹਨਾਂ ਦੇ ਮੁੱਠੀ ਭਰ, ਉਹਨਾਂ ਦੀ ਗਿਣਤੀ ਅਸੀਂ ਮਾਰ ਦੂੰਗੇ। ਸੰਤਾਂ ਨੇ ਕਿਹਾ ਸੀ ਫਿਰ ਗਿਣਤੀ ਕਰ ਲਓ, ਸਾਨੂੰ ਵੀ 12-12 15-15 ਹੀ ਆਉਂਦੇ ਆ, ਅਸੀਂ ਵੀ ਚੱਕ ਦਾਂਗੇ। ਮਤਲਬ ਉਹਨਾਂ ਦੇ ਐਕਸ਼ਨ ਬਿਆਨ ਦੇ ਉੱਤੇ ਰਿਐਕਸ਼ਨ ਸੀਗਾ, ਪਹਿਲ ਨਹੀਂ ਸੀਗੀ, ਇਹ ਗੱਲ ਸਮਝਣ ਵਾਲੀ ਹੈ। ਸੰਤਾਂ ਨੇ ਕਦੇ ਹਿੰਦੂਆਂ ਦਾ ਤਾਂ ਉਹਨਾਂ ਨੇ ਮੰਦਰ ਬਣਵਾਏ ਆ, ਹਿੰਦੂਆਂ ਦੀਆਂ ਕੁੜੀਆਂ ਬਣਾਈਆਂ, ਇਹ ਗਲਤ ਹੈ। ਦੇਖੋ ਸਮੇਂ ਦੀਆਂ ਏਜੰਸੀਆਂ ਸਰਕਾਰ ਹੈ, ਤੁਸੀਂ ਕਹਿੰਦੇ ਹੋ ਵੀ ਜਿੱਦਾਂ ਹੁਣ ਹਾਂਜੀ ਉਹਨੇ ਪਰਸੋਂ ਬਿਆਨ ਦਿੱਤਾ, 10 ਵਾਰ ਬਿਆਨ ਦਿੱਤਾ, 2% ਸਿੱਖ ਮਸਲ ਨੇ ਸਾਨੂੰ ਔਖੇ ਨਹੀਂ, ਤੇ ਜੇ ਕੋਈ ਸਿੱਖ ਕਹਿ ਦੇਵੇ ਅੱਜ ਵੀ ਫਿਰ ਤੁਹਾਨੂੰ ਸਾਸੀ ਦਾ 1.25 ਲੱਖ ਨਾਲ ਲੜਨੇ ਵਾਲੇ, ਸਾਨੂੰ ਵੀ 15-15 ਹੀ ਆਉਣੇ, ਫਿਰ ਉਹ 15-15 ਵਾਲਾ ਬਿਆਨ ਪਹਿਲਾਂ ਗਿਣਿਆ ਜਾਊ ਕਿ 2% ਮਸਲ ਪਹਿਲਾਂ ਗਿਣਿਆ ਜਾਊ? ਸੰਤਾਂ ਨੇ ਕਿਸੇ ਬਿਆਨ ਦੇ ਉੱਤੇ ਰਿਐਕਟ ਬਿਆਨ ਨਹੀਂ ਦਿੱਤਾ ਸੀਗਾ, ਉਹ ਕਿਸੇ ਨੇ ਕਿਹਾ ਸੀਗਾ ਵੀ ਇਹ ਮਤਲਬ ਸਿੱਖ ਮੁੱਠੀ ਭਰ ਨੇ ਮਸਲ ਦਾਂਗੇ, ਤੇ ਸੰਤਾਂ ਨੇ ਕਿਹਾ ਭਾਈ ਅਸੀਂ ਵੀ 5000 ਪੜ੍ਹ ਦੂਗੇ, ਸ਼ਾਇਦ ਹਰਬੰਸ ਲਾਲ ਨੇ ਕਿਹਾ ਸੀ ਜਿਹੜਾ ਕਿ ਅਸੀਂ ਸਾਨੂੰ 30 ਬੰਦਿਆਂ ਨੂੰ ਇੱਕ ਸਿੱਖ ਆਉਂਦਾ, ਤਾਂ ਉਹਦੇ ਜਵਾਬ ਦੇ ਵਿੱਚ ਸਰਕਾਰ ਨੇ ਇਹ ਗੱਲ ਕਹੀ ਵੀ ਜੇ ਤੁਹਾਨੂੰ 30 ਨੂੰ ਆਉਂਦਾ ਸਾਨੂੰ 30 ਆਉਂਦੇ ਆ, ਅਸੀਂ ਤਾਂ 1.25 ਲੱਖ
ਕੱਲਾ ਕੱਲਾ 1.25 ਲੱਖ ਨਾਲ ਲੜਨ ਵਾਲਾ ਸਿੱਖ ਹੈ ਜਿਹੜਾ ਅਸੀਂ ਇਤਿਹਾਸ ਦੇ ਵਿੱਚ ਲੜ ਕੇ ਦਿਖਾਇਆ ਸਾਡੇ ਗੁਰੂ ਨੇ ਸਾਨੂੰ ਲੜਾਇਆ ਸਾਰਾਗੜੀ ਦੀ ਮਿਸਾਲ ਸਾਡੇ ਸਾਹਮਣੇ ਆ ਅਸਾਂ ਭਰਾਵਾਂ ਦੀ 10 ਤਰੀਕ ਕੱਲ੍ਹ ਲੰਘ ਕੇ ਹੱਟੀ ਆ ਅਤੇ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਉਹ ਅਸਲ ਦੇ ਵਿੱਚ ਦੇਖੋ ਤੁਸੀਂ ਲਾਹੌਰ ਦਰਬਾਰ ਦੇ ਵਿੱਚ ਸਾਡੇ ਜਿਹੜੇ ਮਤਲਬ ਵਜ਼ੀਰ ਨੇ ਉੱਥੇ ਪ੍ਰਧਾਨ ਮੰਤਰੀ ਹਿੰਦੂ ਹੈ ਤੇ ਜਿਹੜਾ ਵਿਦੇਸ਼ ਮੰਤਰੀ ਹੈ ਸਹਿਬ ਵਜ਼ੀਰ ਹੈ ਜੀਜੂਦੀਨ ਸਾਹਿਬ ਉਹ ਮੁਸਲਮਾਨ ਹੈ ਹੈ ਤੋਪਖਾਨੇ ਦਾ ਇੰਚਾਰਜ ਮਾਖੇ ਖਾਏ ਅਸੀਂ ਤਾਂ ਕਿਸੇ ਨਾਲ ਦਰਾਇਤ ਕਰਦੇ ਨਹੀਂ ਅਸੀਂ ਤਾਂ ਅੱਜ ਵੀ ਸਾਰਿਆਂ ਨੂੰ ਕਹਿੰਦੇ ਹਾਂ ਪੰਜਾਬੀਆਂ ਨੂੰ ਜਿੱਦਣ ਪੰਜਾਬ ਦਾ ਹਿੰਦੂ ਇਹ ਗੱਲ ਸਮਝ ਗਿਆ ਨਾ ਵੀ ਸਿੱਖ ਸਾਡੇ ਖਿਲਾਫ਼ ਨਹੀਂ ਲੜਦੇ ਪੰਜਾਬ ਦੇ ਹੱਕਾਂ ਵਾਸਤੇ ਲੜਦੇ ਔਰ ਉਹ ਹਿੰਦੂ ਅਤੇ ਮੁਸਲਮਾਨ ਇੱਥੇ ਸਾਡੇ ਭਰਾ ਨੇ ਇਹ ਗੱਲ ਸਮਝਣ ਵਾਲੀ ਹੈ ਵੀ ਖਾਲਿਸਤਾਨ ਜਿੱਦਣ ਬਣਦੇ ਉਹਦੇ 'ਚ ਹਿੰਦੂ ਮੁਸਲਮਾਨ ਈਸਾਈ ਬੋਧੀ ਵੀ ਮਹਿਫੂਜ਼ ਹੋਣਗੇ ਇੱਕ ਤੁਹਾਡੇ ਜ਼ਰੀਏ ਮੈਂ ਹੋਰ ਗੱਲ ਇਹਦੇ ਵਿੱਚ ਐਡ ਕਰਨੀ ਚਾਹੁੰਦਾ ਵੀਰ ਦੀ ਗੱਲ ਦੇ ਵਿੱਚ ਜੇ ਪੰਜਾਬ ਦਾ ਪਾਣੀ ਅੱਜ ਲੁੱਟਿਆ ਜਾ ਰਿਹਾ ਕੀ ਉਹ ਇਕੱਲੇ ਸਿੱਖਾਂ ਦਾ ਪਾਣੀ ਜੇ ਬਿਜਲੀ ਪੰਜਾਬ ਦੀ ਲੁੱਟੀ ਹੈ ਕਿ ਚਾਹੁੰਦਾ ਵੀ ਉਹ ਹੋਰਾਂ ਦਾ ਵੀ ਬਰਾਬਰ ਹੁੰਦਾ ਹਿੰਦੂਆਂ ਦਾ ਵੀ ਪਾਣੀ ਆ ਜੇ ਪੰਜਾਬ ਦਾ ਵਾਤਾਵਰਨ ਗੰਦਾ ਹੁੰਦਾ ਹੈ ਗੰਦਲਾ ਹੋ ਰਿਹਾ ਹੈ ਕੋਈ ਵਾਤਾਵਰਨ ਦੇ ਵਿੱਚ ਗੰਦ ਪੈਂਦਾ ਤਾਂ ਉੱਥੇ ਸਾਹ ਤਾਂ ਹਿੰਦੂਆਂ ਦੇ ਬੱਚਿਆਂ ਨੇ ਵੀ ਉਸੇ ਵਾਤਾਵਰਨ ਦੇ ਵਿੱਚ ਲੈਣਾ ਜਿੱਥੇ ਸਿੱਖਾਂ ਦੇ ਬੱਚੇ ਜੇ ਪਾਣੀ ਵੀ ਡੂੰਘਾ ਜਾਂਦਾ ਹੈ ਤਾਂ ਉਹ ਹਿੰਦੂਆਂ ਦਾ ਵੀ ਪਾਣੀ ਹੈ ਜੇ ਹਿੰਦੂਆਂ ਨੇ ਦਾਣੇ ਖਾਣੇ ਆ ਹਿੰਦੂਆਂ ਨੇ ਪਾਣੀ ਕੱਢਣਾ ਉਹੀ ਪਾਣੀ ਹਿੰਦੂਆਂ ਨੇ ਪਿਲਾ ਸਕਦਾ ਸਭ ਦਾ ਜੀ ਜੀ ਅਸਲ ਦੇ ਵਿੱਚ ਵੀ ਜਿਹੜਾ ਖਾਲਿਸਤਾਨ ਨਾਂ ਹੈ ਨਾ ਉਹ ਡਾਕਟਰਾਂ ਦੇ ਮਨਾਂ ਦੇ ਵਿੱਚ ਜਾਂ ਪਿਕਚਰ ਬਣ ਕੇ ਜਿਹੜੀ ਕ੍ਰੀਏਟ ਕੀਤੀ ਜਾਂਦੀ ਪਿਕਚਰ ਉਹ ਇਹ ਹੈ ਕਿ ਇਹ ਸਿੱਖਾਂ ਦੇ ਪੱਖ 'ਚ ਹੋਊਗਾ ਅਤੇ ਹੋਰ ਤੋਂ ਮਨ ਨਾਲ ਧੱਕਾ ਹੋਊਗਾ ਜਿਹੜਾ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਲਾਹੌਰ ਦਰਬਾਰ ਸੀਗਾ ਉਹ ਸਿੱਖ ਰਾਜ ਸੀਗਾ ਉਹ ਦੱਸੋ ਕਿਹੜੇ ਹਿੰਦੂਆਂ ਦੇ ਖਿਲਾਫ਼ ਸੀ ਕਿਹੜੇ ਮੁਸਲਮਾਨਾਂ ਦੇ ਅਸਲ 'ਚ ਹੁਣ ਮਾਨ ਸਾਹਿਬ ਪਤਾ ਕੀ ਕਹਿ ਰਹੇ ਹਨ ਕਿ ਕੈਨਾ ਦੇ ਕੋਲ ਨਿਊਕਲੀਅਰ ਵੈਪਨ ਨੇ ਪਾਕਿਸਤਾਨ ਕੋਲ ਨਹੀਂ ਇੰਡੀਆ ਕੋਲ ਜੇ ਜੰਗ ਲੱਗਦੀ ਹੈ ਤਾਂ ਨਿਊਕਲੀਅਰ ਜਿਹੜੇ ਉਹ ਬੰਬ ਨੇ ਕੈਨਾ ਦੇ ਹੋਣ ਇੰਡੀਆ ਦੇ ਜਾਂ ਪਾਕ ਦੇ ਹੋਣ ਉਹ ਇੱਥੇ ਆਈਡੈਂਟੀਫਾਈ ਥੋੜ੍ਹਾ ਕਰਨਗੇ ਵੀ ਸਿੱਖਾਂ ਨੂੰ ਮਾਰਨਾ ਮੁਸਲਮਾਨਾਂ ਨੂੰ ਅਤੇ ਹਿੰਦੂਆਂ ਨੂੰ ਛੱਡ ਦੇਣਾ ਮਤਲਬ ਵਿਚਾਲੇ ਸਾਡਾ ਇੱਕ ਦੇਸ਼ ਹੋਊਗਾ ਨਾ ਤਾਂ ਕੈਨਾ ਇੱਧਰ ਹਮਲਾ ਕਰੇ ਨਾ ਇਹ ਉੱਧਰ ਕਰਨ ਨਾ ਪਾਕ ਕਰੇ ਨਾ ਕਰੇ ਇਹ ਮਤਲਬ ਸ਼ਾਂਤੀ ਵਾਸਤੇ ਜਿਹੜਾ ਸਭ ਤੋਂ ਸਟਰੋਂਗ ਕੰਟਰੀ ਵੀ ਇਹ ਡਿਸਕਸ਼ਨ ਹੁੰਦੀ ਯੰਗਸਟਰ ਸੀ ਉਹ ਕਹਿੰਦੇ ਵੀ ਜੇ ਖਾਲਿਸਤਾਨ ਬਣੂਗਾ ਵੀ ਅਸੀਂ ਜੇ ਮੰਨ ਲਓ ਪੰਜਾਬ 'ਚ ਰਹਿੰਦੇ ਹਾਂ ਅਸੀਂ ਹਿੰਦੂ ਹਾਂ ਕੋਈ ਵੀ ਹੈਗਾ ਬੰਦਾ ਤਾਂ ਜਿੱਦਾਂ ਪਾਕਿਸਤਾਨ ਇੰਡੀਆ ਦੀ ਵੰਡ ਹੋਈ ਸੀਗੀ ਫਿਰ ਤੁਹਾਨੂੰ ਇੱਧਰ ਉੱਧਰ ਜਾਣਾ ਪੈਣਾ ਬਿਲਕੁਲ ਨਹੀਂ ਹੋਊਗਾ ਇੱਦਾਂ ਦਾ ਨਾ ਉੱਧਰ ਉੱਧਰ ਜਾਣ ਦੀ ਲੋੜ ਹੈ ਪਤਾ ਕਿ ਜਿਹਨਾਂ ਲੋਕਾਂ ਦੇ ਆਪਣੇ ਰਾਜ ਹੁੰਦੇ ਆ ਜਿਹਨਾਂ ਦੇ ਅੰਬੈਸਡਰ ਹੁੰਦੇ ਆ ਮਤਲਬ ਇਹ ਤਾਂ ਸੋਚਦੇ ਹਾਂ ਵੀ ਅਸੀਂ ਬਾਕੀ ਦੇ ਹਿੰਦੁਸਤਾਨ ਦੇ ਸਿੱਖਾਂ ਪਰ ਜ਼ੁਲਮ ਕਰੂੰਗੇ ਅਸੀਂ ਤਾਂ ਬਾਕੀ ਦੇ ਰਹਿੰਦੇ ਕਿਸੇ ਹੋਰ ਕੌਮ ਪਰ ਨਹੀਂ ਕਰਨ ਦੇਣਾ ਇੱਕ ਇਹ ਸਿੱਖਾਂ ਨੂੰ ਕਹਿੰਦੇ ਅਸੀਂ ਤਾਂ ਕਿਸੇ ਮੰਦਰਾਂ ਤੋਂ ਨਹੀਂ ਇਹਨਾਂ ਨੂੰ ਕਰਨਾ ਅਸੀਂ ਸਾਂਝੀ ਵਾਲਤਾ ਦਾ ਇੱਕ ਜਿਹੜਾ ਮਹਾਰਾਜ ਦਾ ਹੈਗਾ ਬੇਗਮਪੁਰਾ ਸ਼ਹਿਰ ਕੋ ਨਾਓ ਹੈ ਉਹੋ ਜਿਹਾ ਇੱਕ ਦੇਸ਼ ਬਣਾਉਣਾ ਜਿੱਥੇ ਸਭ ਨੂੰ ਇਨਸਾਫ਼ ਮਿਲੇ ਅੱਜ ਦਲਤਾਂ ਦੇ ਉੱਤੇ ਅਤੇ ਜਿਹੜੇ ਮੰਨ ਲਓ ਬਾਉਂਡਰੀ ਪੰਜਾਬ ਹਰਿਆਣਾ ਤੋਂ ਹਿਮਾਚਲ ਤੱਕ ਦੀ ਰਹੇਗੀ ਨਹੀਂ ਨਹੀਂ ਜੰਮੂ ਦੇ ਨਾਲ ਇੱਧਰ ਕੱਛ ਦਾ ਇਲਾਕਾ ਗੁਜਰਾਤ ਦਾ ਇਹ ਸਾਰੇ ਇਲਾਕੇ ਸਾਡੇ ਖਾਲਸਾ ਰਾਜ ਦੇ ਜਮਨਾ ਤੱਕ ਠੀਕ ਹੈ ਕਈ ਕਹਿੰਦੇ ਆ ਵੀ ਜਿਹੜੇ ਹਿੰਦੂ ਇਸ ਇਲਾਕੇ ਤੋਂ ਬਾਹਰ ਦੇ ਹੋਣਗੇ ਜਿੱਦਾਂ ਹੁਣ ਹਜੂਰ ਸਾਹਿਬ ਰਹਿੰਦੇ ਆ ਹੋਰ ਸਟੇਟਾਂ ਵਿੱਚ ਰਹਿੰਦੇ ਸਿੱਖ ਵੀ ਉਹਨਾਂ ਦੀ ਫਿਰ ਰਾਖੀ ਦੇਖੋ ਤਾਂ ਪੂਰੀ ਦੁਨੀਆਂ 'ਚ ਰਹਿੰਦੇ ਅਮਰੀਕਾ 'ਚ ਵੀ ਰਹਿੰਦੇ ਹਾਂ ਅਤੇ ਹਿੰਦੁਸਤਾਨ 'ਚ ਵੀ ਰਹਿਣਗੇ ਡੰਡੇ ਨਾਲ ਰੱਖਾਂਗੇ ਅਸੀਂ ਅਤੇ ਇੱਥੇ ਸਾਡੇ ਭਾਈ ਹਿੰਦੂਆਂ ਨੂੰ ਅਸੀਂ ਸੇਫਟੀ ਦੇਵਾਂਗੇ ਉੱਥੇ ਡੰਡੇ ਨਾਲ ਲਵਾਂਗੇ ਇਹਨਾਂ 'ਤੇ ਇਹਨਾਂ ਦੀ ਕਿਆ ਜ਼ਰੂਰਤ ਹੈ ਜਦ ਸਾਡਾ ਆਪਣਾ ਰਾਜ ਹੋਊਗਾ ਸਾਡੇ ਕਿਸੇ ਬੰਦੇ ਨੂੰ ਤਕਲੀਫ ਹੋਊਗੀ ਸਾਡੇ ਅੰਬੈਸਡਰ ਉੱਥੇ ਬੈਠੇ ਹੋਣਗੇ ਰੋਜ਼ ਉਹਨਾਂ ਦੀ ਦੇਖਭਾਲ ਕਰਨਗੇ ਅੱਜ ਸਾਡਾ ਕੁਛ ਹੈ ਨਹੀਂ ਅਸੀਂ ਕਰੀਏ ਕੀ ਰਾਜ ਦੇ ਨਾਲੇ ਉਹਨਾਂ ਦੀ ਹਿਫਾਜ਼ਤ ਹੋਣੀ ਆ ਜਿਹੜੇ ਰਹਿਣਗੇ ਉੱਥੇ ਉੱਥੇ ਰਹਿਣਗੇ ਕਾਰੋਬਾਰ ਉਹਨਾਂ ਦੇ ਚੱਲਦੇ ਰਹਿਣਗੇ ਹੋਰ ਆ ਜੀ ਅੱਜ ਅਮਰੀਕਾ ਔਰ ਕੈਨੇਡਾ ਦੇ ਵਿੱਚ ਸਿੱਖ ਰਹੇ ਨੇ ਯੂਰਪ ਦੇ ਵਿੱਚ ਸਿੱਖ ਰਹੇ ਨੇ ਹਿੰਦੁਸਤਾਨ ਨਾਲੋਂ ਤਾਂ ਜ਼ਿਆਦਾ ਮਹੱਤਵਪੂਰਨ ਸਿੱਖ ਪਾਕਿਸਤਾਨ ਦੇ ਵਿੱਚ ਵੀ ਸਿੱਖ ਆਪਣੇ ਆਪ ਨੂੰ ਕਹਿੰਦੇ ਆ
ਜਿਹੜੀ ਗੁਰਧਾਮਾਂ ਦੀ ਗੱਲ ਸਵਾਲ ਹੋਣਗੇ ਵੀ ਵੀ ਕਈ ਗੁਰਧਾਮ ਬਾਹਰ ਪਾਕਿਸਤਾਨ ਦੀ ਧਰਤੀ ਤੋਂ ਉਹਨਾਂ ਗੁਰਧਾਮਾਂ ਦੇ ਵਿੱਚ ਚਲੇ ਜਾਣਗੇ। ਅੱਜ ਜੇ ਅਸੀਂ ਸਿੱਖ ਥੋੜ੍ਹਾ ਜਿਹਾ ਅਵੇਅਰ ਹੋਏ ਹਾਂ, ਥੋੜ੍ਹਾ ਜਿਹਾ ਪਾਵਰ ਦੇ ਵਿੱਚ ਆਏ ਹਾਂ, ਅਮਰੀਕਾ ਕੈਨੇਡਾ ਦੇ ਵਿੱਚ ਕੋਈ ਮੰਤਰੀ ਬਣਿਆ ਸਾਡਾ, ਤਾਂ ਉਹ ਸਰਕਾਰ ਦੇ ਮੁੱਦਾ ਰੱਖ ਕੇ ਪਾਕਿਸਤਾਨ ਔਰ ਹਿੰਦੁਸਤਾਨ ਦੀ ਸਰਕਾਰ ਨੇ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਇਹ ਅਮਰੀਕਾ ਨੇ ਗਰਦਨ 'ਤੇ ਗੋਡਾ ਰੱਖ ਕੇ ਇਹਨਾਂ ਤੋਂ ਲਾਂਘਾ ਖੁਲਵਾਇਆ, ਇਹਨਾਂ ਨੇ ਤਾਂ ਲਾਂਘਾ ਖੋਲ੍ਹਿਆ ਨਹੀਂ, ਹਿੰਦੂ ਹਕੂਮਤ ਵਾਜਪਾਈ ਇਹਦੀ ਭਾਜਪਾ ਦੀ ਸਰਕਾਰ ਕਦੇ ਵੀ ਇਹ ਲਾਂਘਾ ਨਹੀਂ ਸੀ ਖੋਲ੍ਹਦੀ ਹੈਗੀ, ਨਾ ਪਾਕਿਸਤਾਨ ਖੋਲ੍ਹਦਾ। ਬਹੁਤ ਵੱਡੀ ਡੋਨੋਸੀ ਆ, ਇੱਕ ਔਰ ਬਹੁਤ ਬੜਾ ਇੱਕ ਫਿਊਚਰ ਦਾ ਮਿਸ਼ਨ ਵੀ ਹੈਗਾ, ਉਹ ਕਿਤੇ ਫਿਰ ਗੱਲ ਕਰਾਂਗੇ। ਹੁਣ ਮੇਰਾ ਨਾਂ ਹਰਜੀਤ ਸਿੰਘ ਆ, ਸਰਦਾਰ ਸਿਮਰਜੀਤ ਸਿੰਘ ਨਾਮ ਦੀ ਪਾਰਟੀ ਸੇਵਾਦਾਰ ਹੈ, ਸਰਦਾਰ ਮਨਜੀਤ ਸਿੰਘ ਗੱਗੜਵਾਲ ਮੇਰੇ ਭਰਾ ਨੇ ਸਰਦਾਰ ਬਣਾਇਆ। ਦੋਸਤੋ ਤੁਸੀਂ ਵੇਖੀ ਇਹ ਬੜੀ ਇੰਪੋਰਟੈਂਟ ਡਿਸਕਸ਼ਨ ਅਸੀਂ ਕੀਤੀ ਆ, ਅਤੇ ਅੱਜ ਮੈਂ ਤੁਹਾਨੂੰ ਹੋਰ ਵੀ ਬੁੱਧੀਜੀਵੀਆਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗਾ, ਅਤੇ ਫਿਲਹਾਲ ਅਸੀਂ ਚੱਲਦੇ ਹਾਂ ਪੰਡਾਲ ਦੇ ਅੰਦਰ ਅਤੇ ਵੇਖਦੇ ਹਾਂ ਕਿ ਕਿਹੜੇ ਕਿਹੜੇ ਬੁੱਧੀਜੀਵੀ ਜਿਹੜੇ ਹੈਗੇ ਨੇ ਉਹ ਵਿਚਾਰ ਕਰ ਰਹੇ ਨੇ, ਅਤੇ ਬਹੁਤ ਸਾਰਾ ਯੰਗਸਟਰਸ ਦੇ ਵਿੱਚ ਵੀ ਉਤਸ਼ਾਹ ਹੈਗਾ। ਸੋ ਮਿਲਦੇ ਹਾਂ ਜੀ ਪੰਡਾਲ ਦੇ ਅੰਦਰ।